ਜੀਿੱਦਾ ਸਾਰੇ ਤੇ ਵੀਡੀਓ ਆਜੀ ਇੱਕ ਤੇ ਇਹ ਵੀਡੀਓ ਆ ਦੇਵੀ ਉਸਤਾਦ ਜੀ ਦਾ ਦੇਵੀ ਲਾਈਵ 7 ਦਾ ਟ੍ਰੇਲਰ ਆ ਗਿਆ ਤੇ ਉਸ ਦੀ ਮੈਂ ਲਿੰਕ ਅਟੈਚ ਕਰਦਾ ਇਸ ਵੀਡੀਓ ਦੇ ਸਟੇਟਸ ਚ ਜਿਹੜੇ ਮੈਨੂੰ ਭਰਾ ਪਿਆਰ ਕਰਦੇ ਆ ਕਿਰਪਾ ਕਰਕੇ ਦੇਖਿਓ ਵਾਲਾ ਦੇਵੀ ਲਾਈਵ 7 ਦਾ ਟ੍ਰੇਲਰ ਤੇ ਰੀਜ ਦੋ ਬੰਦਿਆਂ ਨੂੰ ਮਿਲਣ ਦੀ ਸੀ ਜ਼ਿੰਦਗੀ ਚ ਮੈਂ ਤੁਹਾਨੂੰ ਗੱਲ ਦੱਸਦਾ ਇੱਕ 2000 ਮੇਰੇ ਪੇਜ ਹੁੰਦੇ ਸੀ ਚੈਟਿੰਗ ਵਾਲੇ ਹਨਾ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਲੱਭ ਕੇ ਦਿਖਾਉਂਗਾ ਹਨਾ ਮਤਲਬ 3-4 ਸਾਲ ਮੈਂ ਪੇਜਾਂ ਤੇ ਕਮੈਂਟ ਕਰਨੇ ਦੇਵੀ ਭਾਜੀ ਦਾ ਨਾਮ ਲਿਖ ਕੇ ਦੇਵੀ ਨਾਲ ਦਿਲ 바ਕੇ ਤੇ ਬਸ ਗੱਲ ਖਤਮ ਮੈਂ ਇਦਾਂ ਹੀ ਲਿਖਦਾ ਹੁੰਦਾ ਸੀ 2-3 ਸਾਲ ਮੈਂ ਇਦਾਂ ਹੀ ਲਿਖਿਆ ਇੱਕ ਗੱਲ ਹੁੰਦੀ ਲਾਫ ਅਟਰੈਕਸ਼ਨ ਉਹ ਕੰਮ ਕਰਦੀ ਆ ਬਾਈ ਮੇਰੀ ਬਹੁਤ ਜ਼ਿਆਦਾ ਰੀਚ ਸੀ ਵੀ ਦੇਵੀ ਭਾਜੀ ਨੂੰ ਮਿਲੀਏ ਹਨਾ ਤੇ ਦੇਵੀ ਭਾਜੀ ਦੀ ਇੰਟਰਵਿਊ ਵੀ ਕੀਤੀਆਂ ਤੇ ਦੋ ਜਿਨ੍ਹਾਂ ਬੰਦਿਆਂ ਦਾ ਮੈਂ ਫੈਨ ਆ ਮਰੀਦ ਆ ਕਾਇਲ ਆ ਤੇ ਦੋਨੋਂ ਰਾਤੀ ਸਰੀਚ ਇਕੱਠੇ ਸੀ ਮਤਲਬ ਹਨ ਤੇ ਬੱਬੂ ਮਾਨ ਬਾਈ ਜੀ ਨੂੰ ਵੀ ਮਿਲਿਆ 2 ਘੰਟੇ ਉਹ ਵੀ ਸਪੈਸ਼ਲ ਵੀਡੀਓ ਕਰੂੰਗਾ ਬਈ ਬੱਬੂ ਮਾਨ ਬਾਰੇ ਬਹੁਤ ਗਲਤ ਵਿਚਾਰ ਧਾਰਾ ਕਈਆਂ ਦੇ ਮਨ 'ਚ ਹਨਾ ਚਲੋ ਹਰੇਕ ਦੀ ਆਪਣੀ ਸੋਚ ਆ ਪਰ ਬੰਦੇ ਨੂੰ ਮਿਲ ਕੇ ਪਤਾ ਲੱਗਦਾ ਬੰਦੇ ਦੀ ਸੋਚਦਾ ਹਨਾ ਮੈਂ ਬੈਠਿਆ ਬਾਈ ਬੱਬੂ ਮਾਨ ਨਾਲ 2 ਘੰਟੇ ਬੜੀਆਂ ਗੱਲਾਂ ਕੀਤੀਆਂ ਤੇ ਮੈਂ ਵੀ ਭਾਗਾ ਵਾਲਾ ਪਈ ਮੇਰਾ ਵੀ ਜੀਵਨ ਸਫਲ ਹੀ ਹੋ ਗਿਆ ਇੱਕ ਕਿਸਮ ਦਾ ਦੇਵੀ ਭਾਜੀ ਵੀ ਮੇਰੀਆਂ ਵੀਡੀਓ ਦੇਖਦੇ ਆ ਬੱਬੂ ਮਾਨ ਭਾਜੀ ਵੀ ਤੇ ਸਰਤਾਜ ਜੀ ਵੀ ਹਨਾ ਭਈ ਜਿਹੜੇ ਬੰਦੇ ਭਈ ਸਾਡੀ ਸੋਚ ਤੋਂ ਪਰੇ ਵਾਲੇ ਆ ਤੇ ਮੈਨੂੰ ਮਤਲਬ ਮਾਣ ਜਿਹਾ ਮਹਿਸੂਸ ਹੁੰਦਾ ਭਈ ਹਾਂ ਭਈ ਮੁੱਲ ਪੈ ਗਿਆ ਮੇਰੀਆਂ ਵੀਡੀਓ ਦਾ ਲੋਕ ਜਿਹੜੇ ਮਾੜਾ ਕਹਿੰਦੇ ਜਿੰਨਾ ਮਰਜੀ ਕਹੀ ਜਾਣ ਹਨਾ ਤੇ ਇਹ ਵੀਡੀਓ ਸਪੈਸ਼ਲ ਹੈ ਦੇਵੀ ਭਾਜੀ ਦਾ ਟ੍ਰੇਲਰ ਆਇਆ ਦੇਵੀ ਲਾਈਵ 7 ਦਾ ਉਹ ਮੈਂ ਸਟੇਟਸ ਤੇ ਲਿੰਕ ਪਾਉਣ ਲੱਗਾ ਸਾਰੇ ਜਾਓ ਤੇ ਦੇਖੋ ਭਰਾ ਮੇਰੇ ਜਿਹੜੇ ਪਿਆਰ ਕਰਦੇ ਆਪਾਂ ਨੂੰ ਤੇ ਬੱਬੂ ਮਾਨ ਭਾਜੀ ਦਾ ਵੀ ਥੈਂਕ ਯੂ ਉਹਨਾਂ ਨੇ ਵੀ ਕਲਿੱਪ ਬਣਾਈ ਆ ਦੇਵੀ ਬਾਈ ਦੇ ਟ੍ਰੇਲਰ ਆ ਭਈ ਦੇਖੋ ਹਨਾ ਸਾਰੇ ਸੁਣਿਓ ਵੀ 18 ਤਰੀਕ ਨੂੰ ਆ ਜਾਣਾ ਤੇ ਗੱਲਾਂ ਇਦਾਂ ਨਹੀਂ ਆਪਣੇ ਨਿਆਣਿਆਂ ਨੂੰ ਸਿਖਾਓ ਮੀਰ ਮੰਨੂ ਅਬਦਾਲੀ ਤੇ ਅਡਵੈਰ ਨਹੀਂ ਭੁੱਲੇ ਸਾਨੂੰ ਸਾਡੇ ਗਲਾਂ ਚ ਪਾਏ ਟੈਰ ਨਹੀਂ ਭੁੱਲੇ ਹੁਣ ਮੀਰ ਮੰਨੂ ਕੌਣ ਸੀ ਅਬਦਾਲੀ ਕੌਣ ਸੀ ਅਡਵੈਰ ਕੌਣ ਸੀ ਦੱਸੋ ਪਹਿਲਾਂ ਦੇਵੀ ਭਾਜੀ ਦੀਆਂ ਗੱਲਾਂ ਸੁਣੋ ਖਾਦਾ ਬੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਕਹਾਵਤਾ ਸਿਆਣਿਆਂ ਨੇ ਐਵੇਂ ਨਹੀਂ ਬਣਾਈ ਅਹਿਮਦ ਸ਼ਾਹ ਅਬਦਾਲੀ ਕਿੱਥੋਂ ਆਉਂਦਾ ਸੀ ਤੇ ਲੁੱਟ ਕੇ ਲੈ ਜਾਂਦਾ ਸੀ ਕਹਿੰਦੇ ਖਾਦਾ ਬੀਤਾ ਜਿਹੜਾ ਖਾ ਲਿਆ ਉਹ ਲਾਹੇ ਦਾ ਹੀ ਆ ਬਾਕੀ ਅਹਿਮਦ ਸ਼ਾਹ ਅਬਦਾਲੀ ਨੇ ਲੈ ਜਾਣਾ ਲੁੱਟ ਕੇ ਸਹੀ ਹੈ ਨਾ ਤੇ ਬਾਈ ਬੱਬੂ ਮਾਨ ਨਾਲ ਵੀ ਜੋ ਗੱਲਾਂ ਬਾਤਾਂ ਹੋਈਆਂ ਵੀਡੀਓ ਕਰੂੰਗਾ ਮੈਂ ਵੱਖਰੀ ਇੱਕ ਦੋ ਦਿਨ ਚ ਤੇ ਦੱਸਾਂਗਾ ਉਹਨਾਂ ਦੀ ਵਿਚਾਰਧਾਰਾ ਬਾਰੇ ਉਹਨਾਂ ਦੀ ਸੋਚ ਬਾਰੇ ਹਨਾ ਤੇ ਦੇਬੀ ਭਾਜੀ ਦਾ ਟ੍ਰੇਲਰ ਆਇਆ ਤੇ ਉਹਦਾ ਮੈਂ ਲਿੰਕ ਪਾਉਣ ਲੱਗਾ ਸਾਰੇ ਭਰਾ ਮੇਰੇ ਦੇਖੋ ਤੇ ਦੇਬੀ ਲਾਈਵ 7 ਵੀ ਐ ਨਾ ਮਤਲਬ ਖੁੱਤੀ ਪਾ ਦੇਣੀ ਆਪਾਂ ਸਾਰਿਆਂ ਨੇ ਸ਼ੇਅਰ ਕਰ ਕਰਕੇ ਤੇ ਦੇਬੀ ਭਾਜੀ ਦੀ ਵੀ ਇੰਟਰਵਿਊ ਕਰਦੇ ਆ ਦੋ ਚਾਰ ਦਿਨਾਂ ਚ ਤੇ ਨਰਿੰਦਰ ਨਰਿੰਦਰ ਕੈਮਰੇ ਵੀਰ ਦਾ ਨੰਬਰ ਮਿਸ ਹੋ ਗਿਆ ਬਾਈ ਮੈਸੇਜ ਕਰੀਂ ਵਟਸਐਪ ਤੇ ਤੇ ਪੌਣਾ ਜੀ ਲਿੰਕ ਆ ਪੋਸਟ ਦੇ ਉੱਤੇ ਤੇ ਰੂਹ ਖੁਸ਼ ਹੋ ਗਈ ਦੋ ਲੇਜੈਂਡ ਦੇਖ ਕੇ ਲਿਵਿੰਗ ਲੇਜੈਂਡ ਦੇਖ ਕੇ ਹਨਾ ਸੱਚੀ दिली ਤਮੰਨਾ ਪੂਰੀ ਹੋ ਗਈ ਹਨਾ ਤੇ ਪੌਣਾ ਮੈਂ ਲਿੰਕ ਸਾਰੇ ਜਾਓ ਤੇ ਦੇਵੀ ਭਾਜੀ ਦੇ ਟ੍ਰੇਲਰ ਤੇ ਕਮੈਂਟ ਕਰੋ ਤੇ ਦੇਵੀ ਲਾਈਵ 7 ਫਿਰ ਦੇਖਿਓ 18 ਨੂੰ ਮੈਂ ਪੋਸਟ ਦੇ ਉੱਤੇ ਪੌਣਾ ਲਿੰਕ ਹੱਸਦੇ ਰਹੋ ਬਸਦੇ ਰਹੋ ਤੇ ਬਾਈ ਬੱਬੂ ਮਾਨਾ ਕੀ ਗੱਲਾਂ ਹੋਈਆਂ ਉਹ ਵੀ ਪੌਣਾ ਦੋ ਕੁ ਦਿਨਾਂ ਚ ਵੀਡੀਓ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਤੇ ਉਸਤਾਦ ਬੰਦੇ ਦੋ ਇਕੱਠੇ ਅਡਿਓਸ